ਸਾਂਝਾ ਟੀਵੀ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਉਹ ਗੱਲਾਂ ਬਾਤਾਂ ਕਰਾਂਗੇ ਜਿਨ੍ਹਾਂ ਨੂੰ ਜਾਣਣ ਦੀ ਤੁਹਾਨੂੰ ਉਤਸੁਕਤਾ ਹੈ ਕਿਉਂਕਿ ਬੀਤੇ ਕੁਝ ਕੁ ਦਿਨਾਂ ਤੋਂ ਇੱਕੋ ਹੀ ਗੱਲ ਹਰ ਇੱਕ ਦੀ ਜ਼ੁਬਾਨ ਤੇ ਹੈ ਕਿ ਸਕੋਰ ਬੜੇ ਘਟ ਗਏ ਆ ਹੁਣ ਸਾਡਾ ਮੁੰਡਾ ਵੀ ਪੱਕਾ ਹੋ ਜੂ ਹੁਣ ਮੈਂ ਵੀ ਪੱਕਾ ਹੋ ਜਾਾਂਗਾ ਜਾਂ ਮੈਂ ਵੀ ਪੱਕੀ ਹੋ ਜਾਾਂਗੀ ਅਸਲ ਦੇ ਵਿੱਚ ਉਹ ਹੈ ਕਿ ਕੌਣ ਪੱਕਾ ਹੋ ਸਕਦਾ ਕਿਨਾਂ ਵਾਸਤੇ ਉਹ ਸੁਨਹਿਰੀ ਮੌਕਾ ਹੈ ਤੇ ਕਿਨਾਂ ਵਾਸਤੇ ਇੱਕ ਵਾਰ ਫੇਸ ਤੋਂ ਆਸ ਦੀ ਕਿਰਨ ਜਾਗੀ ਹੈ ਇਸ ਮਸਲੇ ਨੂੰ ਵਿਚਾਰਨ ਦੇ ਵਾਸਤੇ ਅੱਜ ਜੀਟੀ ਇਮੀਗ੍ਰੇਸ਼ਨ ਤੋਂ ਵਿਕਰਮਜੀਤ ਸਿੰਘ ਅਤੇ ਗੁਰ ਉਪਦੇਸ਼ ਸਿੰਘ ਸੋਹਲ ਸਾਡੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦੌਰਾਨ ਸ਼ਿਰਕਤ ਕਰ ਰਹੇ ਹੈ ਆਓ ਸਭ ਤੋਂ ਪਹਿਲਾਂ ਸੋਹਲ ਸਾਹਿਬ ਅਤੇ ਵਿਕਰਮਜੀਤ ਸਿੰਘ ਹੋਰਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਸਾਰੇ ਇਹਨਾਂ ਲਗਭਗ ਸਵਾਲਾਂ ਦੇ ਜਵਾਬ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਦੋਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਲ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਬੀਤੇ ਕੁਝ ਕੁ ਦਿਨਾਂ ਤੋਂ 75 75 75 ਦਾ ਹੀ ਰੌਲਾ ਪੈ ਰਿਹਾ ਇਹ ਕੀ ਹੈ ਜੀ ਸਭ ਤੋਂ ਪਹਿਲਾਂ ਇਹ ਦੱਸੋ ਸੋ ਇਹ ਬੜੇ ਚਿਰ ਤੋਂ ਇਹ ਮੰਗ ਹੈਗੀ ਸੀ ਸਪੈਸ਼ਲੀ ਜਿਹੜੇ ਸਟੂਡੈਂਟਸ ਨੇ ਇਹਨਾਂ ਨੇ ਪੜ੍ਹਾਈ ਪੂਰੀ ਕੀਤੀ ਆ ਇੱਥੇ ਆ ਕੇ ਇੱਕ ਸਾਲ ਕੰਮ ਵੀ ਕਰ ਚੁੱਕੇ ਨੇ ਜਿਹੜੀਆਂ ਜੋਬਸ ਰਿਕੁਆਇਰਮੈਂਟ ਹੁੰਦੀਆਂ ਇਹਨਾਂ ਦੀਆਂ ਤੇ ਸਕੋਰ ਵੀ ਬਣੇ ਹੋਏ ਪਰ ਸਕੋਰ ਬਹੁਤ ਉੱਪਰ ਚੱਲ ਰਹੇ ਸੀਗੇ 450 ਤੋਂ ਉੱਪਰ ਸਕੋਰ ਜਾ ਰਹੇ ਸੀਗੇ ਸੋ ਗੌਨਟੋ ਕਿਹੜਾ ਬੜਾ ਵਧੀਆ ਡਿਸੀਜਨ ਲਿਆ ਤੁਸੀਂ 75 ਤੋਂ ਉੱਪਰ ਸਾਰਿਆਂ ਨੂੰ ਇਨਵੀਟੇਸ਼ਨ ਭੇਜ ਤਾਂ ਤੁਸੀਂ ਆਪਣੀ ਪੀਆਰ ਅਪਲਾਈ ਕਰੋ ਸਾਡੇ ਕੋਲੇ ਆ ਕੇ ਸੋ 27332 ਲੋਕਾਂ ਨੂੰ ਇਨਵੀਟੇਸ਼ਨ ਆਇਆਗਾ ਇਹ ਜਿਹੜਾ ਕਿ ਹਿਸਟਰੀ ਦੇ ਵਿੱਚ ਕਿਹੜੀ ਇਮੀਗ੍ਰੇਸ਼ਨ ਦੇ ਹੱਥ ਤੋਂ ਵੱਡਾ ਡਰਾਅ ਹੁਣ ਤੱਕ ਦਾ ਹੈਗਾਗਾ ਸੋ ਪ੍ਰੋਪਰ ਐਪਲੀਕੇਸ਼ਨ ਦੇ ਨਾਲ ਹੁਣ ਸਾਰੇ ਜਾਨੇ ਪੱਕੇ ਹੋ ਸਕਦੇ ਹਨ ਕੈਨੇਡਾ ਦੇ ਵਿੱਚ ਅੱਛਾ ਹੁਣ ਇਹ ਦੱਸਿਓ ਕਿ ਫਿਰ ਤੇ ਤਾਂ ਬਹੁਤ ਝਾਕ ਚ ਹੋਣੇ ਨੇ ਹਾਂਜੀ ਇੱਕ ਹੀ ਲੋਟਰੀ ਸਿਸਟਮ ਹੋ ਗਿਆ ਤਾਂ ਜਿਨ੍ਹਾਂ ਨੇ ਪਹਿਲਾਂ ਫਾਈਲ ਸਬਮਿਟ ਕਰਾ ਦਿੱਤੀਆਂ ਹੋਊਗਾ ਕਿਵੇਂ ਜੀ ਪ੍ਰੋਸੈਸ ਸਾਰਾ ਤਰੂ ਦੇ ਸੇਮ ਚ ਹੀ ਜਾਣਾ ਪੈਣਾ ਹੈਗਾ ਜੇ ਤੁਹਾਡੀ ਪ੍ਰੋਫਾਈਲ ਆਲਰੇਡੀ ਸਿਸਟਮ ਚ ਪਈ ਹੋਈ ਸੀ ਐਕਸਪ੍ਰੈਸੈਂਟਰੀ ਤੁਹਾਨੂੰ ਇਨਵੀਟੇਸ਼ਨ ਆ ਚੁੱਕਿਆ ਉਸ ਚੀਜ਼ ਦਾ ਹੁਣ ਤੁਸੀਂ ਪੀਆਰ ਲੈਣ ਵਾਸਤੇ ਅਪਲੀਕੇਸ਼ਨ ਫਾਈਲ ਕਰੋਗੇ ਸੋ ਪ੍ਰੋਪਰ ਡਾਕੂਮੈਂਟੇਸ਼ਨ ਤੁਹਾਡੇ ਐਕਸਪੀਰੀਅੰਸ ਦੇ ਪ੍ਰੂਫ ਤੁਹਾਡੀ ਲੈਂਗੁਏਜ ਸਕਿਲਸ ਦੇ ਪ੍ਰੂਫ ਤੁਹਾਡੀ ਐਜੂਕੇਸ਼ਨ ਦੇ ਪ੍ਰੂਫ ਜੋ ਜੋ ਤੁਸੀਂ ਕਲੇਮ ਕੀਤਾ ਆਪਣੀ ਪ੍ਰੋਫਾਈਲ ਦੇ ਵਿੱਚ ਹੁਣ ਸਾਰਾ ਕੁਝ ਤੁਹਾਨੂੰ ਅਪਰੂਵ ਕਰਨਾ ਪੈਣਾਗਾ ਇਮੀਗ੍ਰੇਸ਼ਨ ਆਫਿਸਰ ਜੇ ਸੈਟੀਸਫਾਈ ਹੁੰਦਾ ਤਾਂ ਤੁਹ ਸਬਿਕਰਮ ਜੀ ਜੀ ਆਮ ਤੌਰ ਤੇ ਆਪਾਂ ਦੇਖਿਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਮੈਂ ਬਹੁਤ ਸਾਰੇ ਇਮੀਗ੍ਰੇਸ਼ਨ ਮਾਹਿਰ ਆਏ ਨੇ ਉਹ ਦੱਸਦੇ ਸੀ ਕਿ ਹੁਣ ਤਾਂ ਜੇਕਰ ਆਪਾਂ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਹਾਂ 4 4 5 5 ਮਹੀਨੇ ਉਹਨੂੰ ਲੱਗ ਜਾਂਦਾ ਜਿਹੜਾ 3 ਹਫ਼ਤਿਆਂ ਦੇ ਵਿੱਚ ਨਿਬੇੜਾ ਹੋ ਜਾਂਦਾ ਸੀ ਜੀ ਇਹ ਕਿੰਨਾ ਕੰਨਾ ਲੰਬਾ ਪ੍ਰੋਸੈਸ ਹੈ ਜੀ ਫਿਰ ਇਹ ਜੀ ਵਿਜ਼ਟਰ ਵੀਜ਼ਾ ਜਿਹੜਾ ਜਿਵੇਂ ਆਪਾਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਕਿ ਆਰਾਊਂਡ ਜੇ ਤੁਸੀਂ ਆਪਾਂ ਇੰਡੀਆ ਤੋਂ ਗੱਲ ਕਰੀਏ ਤਾਂ ਆਰਾਊਂਡ 150 ਡੇਸ ਉਹ 150 ਦਿਨਾਂ ਦਾ ਤਾਂ ਵੈਸੀ ਪ੍ਰੋਸੈਸਿੰਗ ਟਾਈਮ ਕਰ ਦਿੱਤਾ ਤੇ ਉੱਪਰੋਂ ਜਿਹੜਾ ਆਪਣਾ ਸੁਪਰ ਵੀਜ਼ਾ ਹੁੰਦਾ ਸੀਗਾ ਉਹਦੀ ਜਿਹੜੀ ਪ੍ਰੋਸੈਸਿੰਗ ਟਾਈਮ ਜਿਹੜੀ ਆ ਰਹੀ ਜਾਂ ਆਪਾਂ ਪ੍ਰੋਸੈਸਿੰਗ ਟਾਈਮ ਹੀ ਕਹਿੰਦੇ ਵੀ ਜਦ ਤੱਕ ਉਹਨਾਂ ਨੇ ਫਾਈਲਾਂ ਕੋਲ ਲਈ ਹੈ ਉਹ ਆਰਾਊਂਡ 300 ਦਿਨਾਂ ਦਾ ਕਰ ਦਿੱਤਾ ਤਾਂ ਪਲੱਸ ਜਿਹੜੇ ਜਿਹੜੇ ਕਾਨੂੰਨ ਨਵੇਂ ਬਣੇ ਜਿਹਦੇ ਵਿੱਚ ਆਪਣਾ 30 ਅਪ੍ਰੈਲ ਤੱਕ ਕਰਿਆ ਉਹਨਾਂ ਨੇ ਵੈਸੀ ਕਹਿ ਦਿੱਤਾ ਕਿ ਵੈਸੀ ਬਾਅਦਲੇ ਕੋਈ ਵੀ ਬੰਦੇ ਲੈਕਿਨ ਯਾਨੀ ਕੈਨੇਡਾ ਦੇ ਵਿੱਚ ਉਹਦੇ ਕਰਕੇ ਵੀ ਵਿਜ਼ਟਰ ਦਾ ਬਹੁਤ ਵੱਡਾ ਡਿਲੇ ਪੈ ਚੁੱਕਿਆ ਜੀ ਨਹੀਂ ਮੇਰਾ ਸਵਾਲ ਇਹ ਸੀ ਕਿ ਜਿਹੜੇ ਇਹ ਉਹ ਜਦੋਂ ਤੱਕ ਉੱਥੇ ਵੀ ਪ੍ਰੋਸੈਸਿੰਗ ਟਾਈਮ ਵੱਧ ਚੁੱਕਿਆ ਜੀ ਆਪਾਂ ਵਿਜ਼ਟਰ ਵੀਜ਼ਾ ਵੀ ਅਪਲਾਈ ਕਰਦੇ ਜਿਹੜਾ ਆ ਹੁਣ ਆਪਾਂ 75 ਵਾਲੇ ਅੰਕੜੇ ਦੀ ਗੱਲ ਕਰਦੇ ਆ ਕਿ ਇਹਨਾਂ ਦਾ ਪ੍ਰੋਸੈਸ ਕਿੰਨਾ ਕਲੰਬਾ ਹੋਈਗਾ ਜੀ ਜਿਹੜੇ ਜੇ ਤਾਂ ਪਹਿਲੀ ਗੱਲ ਤਾਂ ਮੈਂ ਵਧਾਈ ਦੇਣਾ ਚਾਹੂਗਾ ਜਿਹੜੇ ਵੀ 27000 ਬੰਦਿਆਂ ਨੂੰ ਇਨਵੀਟੇਸ਼ਨ ਆਇਆ ਹੈ ਤੇ ਇਹ ਜਿਹੜਾ ਪ੍ਰੋਸੈਸ ਹੈ ਜੀ ਇਹ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ ਸੋ ਕੋਈ ਵੀ ਆਪਣਾ ਕੈਂਡੀਡੇਟ ਜਿਹਨੂੰ 1 ਸਾਲ ਹੋ ਚੁੱਕਾ ਹੈ ਕੈਨੇਡਾ 'ਚ ਕੰਮ ਕਰਦੇ ਨੂੰ ਤੇ ਉਹ ਕੁਆਲੀਫਾਈ ਕਰਦਾ ਉਹਦੀ ਆਇਲਟਸ ਤੇ ਜਿਵੇਂ ਗੁਰਪ੍ਰੀਤ ਸਿੰਘ ਦੱਸਿਆ ਕਿ ਪਾਰਟਿਕੂਲਰ ਬੈਂਡਸ ਆ ਚੁੱਕੇ ਨੇ ਤੇ ਉਹਨਾਂ ਨੇ ਪ੍ਰੋਫਾਈਲ ਦੇ ਵਿੱਚ ਆਪਣਾ ਨਾਮ ਪਾਇਆ ਹੋਇਆ ਹੈ ਉਹਨਾਂ ਨੂੰ ਡਰਾ ਆਇਆ ਹੈ ਜਿਹੜਾ ਇਹਦੇ ਅੱਛੀ ਗੱਲ ਕੀ ਹੋਈ ਹੈ ਕਿ ਵੀ ਆਫੀਸਰਸ ਨੇ ਜਦੋਂ ਫਾਈਲ ਖੋਲਹੀਆਂ ਕਿਉਂਕਿ ਉਹਨਾਂ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਬੇਸ ਤੇ ਹੀ ਪੀਆਰ ਮਿਲਣੀ ਆ ਤਾਂ ਪ੍ਰੋਸੈਸਿੰਗ ਟਾਈਮ ਛੇਤੀ ਹੋਣ ਦੀ ਉਮੀਦ ਹੈ। ਇਹ ਇਕੱਲੀ ਇੱਕ ਆਹੀ ਕੈਟਾਗਰੀ ਹੈ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੀ ਫਾਸਟ ਟਰੈਕ ਤੇ ਚੱਲ ਰਹੀ ਹੈ ਬਾਕੀ ਹੋਰ ਜਿੰਨੇ ਵੀ ਕਲਾਸਿਸ ਹੈਗੇ ਜਿਵੇਂ ਫੈਡਰਲ ਸਕਿਲਡ ਵਰਕਰ ਜਾਂ ਟ੍ਰੇਡ ਕਲਾਸ ਸੀ ਉਹਨਾਂ ਦੇ ਡਿਲੇਸ ਹਲੇ ਵੀ ਉਨੇ ਹੀ ਚੱਲ ਰਹੇ ਕਿਉਂਕਿ ਬੈਕਗਰਾਉਂਡ ਚੈੱਕ ਇੰਡੀਆ ਤੋਂ ਜਾਂ ਹੋਰ ਕੰਟਰੀਜ਼ ਤੋਂ ਹੋ ਨਹੀਂ ਪਾਰੇ ਇਮੀਗ੍ਰੇਸ਼ਨ ਕੈਨੇਡਾ ਦੇ ਜਿਹੜੇ ਦਫ਼ਤਰ ਨੇ ਉਹ ਬੰਦ ਨੇ। ਉਸ ਦੇ ਕਰਕੇ ਡਿਲੇ ਪਈਆਂ ਹੋਈਆਂ ਨੇ ਫਾਈਲਾਂ ਬਟ ਉਹ ਫਾਈਲਾਂ ਪ੍ਰੋਸੈਸ ਦੇ ਵਿੱਚ ਹੈਗੀਆਂ ਯੈਸ ਮੈਂ ਬਿਕਮ ਦੀ ਗੱਲ ਨਾਲ ਇੱਕ ਹੋਰ ਗੱਲ ਐਡ ਕਰਨਾ ਚਾਹੁੰਦਾ ਕਿ ਇਮਿਗ੍ਰੇਸ਼ਨ ਦੀ ਵੈਬਸਾਈਟ ਤੇ ਵੀ ਇਹਨਾਂ ਨੇ ਅਪਡੇਟ ਕੀਤਾ ਵੀ ਜਿਹੜੀ ਕੈਨੇਡੀਅਨ ਐਕਸਪੀਰੀਐਂਸ ਕਲਾਸ ਕੈਟੇਗਰੀ ਦੀ ਐਕਸਪੈਂਟਰੀ ਸਟਰੀਮ ਹੈਗੀ ਆ ਉਹ ਫੁੱਲ ਕੈਪੈਸਿਟੀ ਤੇ ਵਰਕ ਆਊਟ ਕਰ ਰਹੀ ਇਸ ਚੀਜ਼ ਦੇ ਉੱਤੇ ਸੋ ਇਹ ਕਲੇਮ ਕਰ ਰਹੇ ਸੀ ਵੀ ਜਨ 6 ਮੰਥ ਜਿੰਨੀ ਅਪਲੀਕੇਸ਼ਨ ਕੰਪਲੀਟ ਅਪਲੀਕੇਸ਼ਨ ਹੋਣਗੇ ਉਹਨੂੰ ਅਸੀਂ ਪੀਆਰ ਇਸ਼ੂ ਕਰ ਦੇਣੀ ਹੈਗੀ ਸੋ ਬਹੁਤ ਵੱਡਾ ਚਾਂਸ ਆ 27000 ਦੇ ਵਿੱਚੋਂ ਜਿਹੜੇ ਵੀ ਕੁਆਲੀਫਾਈ ਕਰਨਗੇ ਪੀਆਰ ਲੈਣ ਵਾਸ ਪੱਕੇ ਹੋ ਸਕਦੇ ਨੇ ਅੱਛਾ ਇਹਦੇ ਨਾਲ ਸੋਲਸਾ ਵੀ ਕੋਰ ਦੱਸਿਓ ਮੰਨ ਲਓ ਵੀ 27700 ਕੁਝ ਬੰਦੇ ਤੁਸੀਂ ਦੱਸ ਰਹੇ ਹੋ ਹਾਂਜੀ ਜਿਨ੍ਹਾਂ ਨੂੰ ਇਨਵੀਟੇਸ਼ਨ ਆਇਆ ਤੇ ਜਿਨ੍ਹਾਂ ਨੂੰ ਆਫੀਸਰ ਚੈੱਕ ਕਰੂਗਾ ਵਾਕੇ ਹੀ ਹਾਂਜੀ ਇਹ ਕੁਆਲੀਫਾਈ ਕਰਦੇ ਆ ਜਾਂ ਨਹੀਂ ਕਰਦੇ ਮੰਨ ਲਓ ਕਿ ਉਹ 27000 ਕੁਝ ਜਿਹੜੇ ਉੱਪਰਲੇ ਨੇ ਹਾਂਜੀ ਉਹਨਾਂ ਦੀਆਂ ਫਾਈਲਾਂ ਗਈਆਂ ਪ੍ਰੋਸੈਸ ਵੀ ਹੋਈਆਂ ਪਰ ਬਾਅਦ ਦੇ ਵਿੱਚ ਕਿਤੇ ਨਾ ਕਿਤੇ ਕਾਣ ਨਿਕਲ ਗਈ ਹਾਂਜੀ ਜਿਹੜੇ ਬੰਦੇ ਘਟ ਜਾਣਗੇ ਉਹਦੇ ਚੋਂ ਪੂਰੇ ਚੋਂ ਕੀ ਹੋਰ ਉਹਨਾਂ ਨੂੰ ਦੁਬਾਰਾ ਇਨਵੀਟੇਸ਼ਨ ਆਉਂਦਾ ਹੁੰਦਾ ਜੀ ਫਿਰ ਤੁਹਾਨੂੰ ਦੁਬਾਰਾ ਪੂਲ ਦੇ ਵਿੱਚ ਜਾਣਾ ਪੈਂਦਾ ਤੁਹਾਨੂੰ ਲਾਈਨ ਦੇ ਵਿੱਚ ਲੱਗਣਾ ਪਏਗਾ ਲਾਈਨ ਤਾਂ ਹੋਰ ਬਥੇਰੇ ਲੱਗੇ ਹੋਣਗੇ ਜੀ ਬਹੁਤ ਜ਼ਿਆਦਾ ਲੱਗੇ ਹੋਣਗੇ ਜੀ ਸੋ ਸਾਨੂੰ ਬੜੇ ਫੋਨ ਆਏ ਚੁਕਲੇਦੇ ਆ ਦੁਬਾਰਾ ਨਹੀਂ ਤੁਹਾਨੂੰ ਪੂਲ ਦੇ ਵਿੱਚ ਜੇ ਕੁਆਲੀਫਾਈ ਕਰੋਗੇ ਡਰਾਫ ਫੇਅਰ ਉਸ ਪੁਆਇੰਟ ਤੇ ਜਾ ਕੇ ਨਿਕਲਦਾ ਜੀ ਤੁਹਾਡੇ ਸਕੋਰ ਉਸ ਤੋਂ ਉੱਪਰ ਹੈਗੇ ਨੇ ਫਿਰ ਤੁਹਾਡਾ ਨੰਬਰ ਲੱਗੇਗਾ ਫਿਰ ਉਸੇ ਪ੍ਰੋਸੈਸ ਵਿੱਚ ਲੰਘਣਾ ਪੈਣਾ ਹੈਗਾ ਅੱਛਾ ਮੰਨ ਲਓ ਵੀ ਇਹ ਲੋਟਰੀ ਵਾਂ ਗਈ ਆ ਵੀ ਘੜੇ ਚ ਪਰਚੀਆਂ ਪਾਈਆਂ ਨੇ ਉਹ ਚੋਂ 27000 ਕੱਢ ਲਈਆਂ ਅ ਬਲੋਟ ਤੁਹਾਡੀ ਲਗਭਗ 60 ਉਹ ਹੀ ਆਏ ਪੂਲ ਚ ਸਮਾਨ ਪਿਆ ਸੀ ਤੁਹਾਡੀ ਇਹ 10000 ਪਈ ਸੀ ਉਸ ਤੋਂ ਮਤਲਬ ਵੀ 500 ਕੱਢੀ ਸੀ ਜਾਂ ਹੁਣ 30000 ਸੀ ਉਸ ਤੋਂ 27000 ਕੱਢਣੀ ਆ ਅੱਛਾ ਜਿਹੜੀਆਂ ਉਹਦੇ ਵਿੱਚ ਰਹਿ ਜਾਂਦੀਆਂ ਨੇ ਉਹ ਕਿੰਨੀ ਦੇਰ ਵਾਸਤੇ ਫਿਰ ਪੂਲ ਚ ਪਈਆਂ ਰਹਿੰਦੀਆਂ ਜੀ ਤੁਹਾਡੀ ਪ੍ਰੋਫਾਈਲ 1 ਸਾਲ ਵਾਸਤੇ ਵੈਲਿਡ ਹੁੰਦੀ ਆ ਜੇ ਤੁਸੀਂ ਅੱਜ ਕਰਦੇ ਹੋ ਤਾਂ ਇੱਕਲੇ ਨੈਕਸਟ ਈਅਰ ਤੱਕ ਤੁਸੀਂ ਕੁਆਲੀਫਾਈ ਹੋਗੇ ਡਰਾਅ ਦੇ ਵਿੱਚ ਆਉਣ ਵਾਸਤੇ ਹੁਣ ਜਿਨ੍ਹਾਂ ਦੇ ਡਰਾਅ ਨਿਕਲ ਚੁੱਕੇ ਨੇਗੇ ਥੋੜਾ ਨੰਬਰ ਲੱਗ ਗਿਆ ਉਹ ਤਾਂ ਚਲੇ ਗਏ ਉਸ ਦੇ ਵਿੱਚੋਂ ਪਰ ਬਾਕੀ ਦੇ ਲੋਕ ਹਲੇ 1 ਸਾਲ ਵਾਸਤੇ ਵੇਟ ਕਰ ਰਹੇ ਡਰਾਅ ਦੀ ਆਉਣ ਦੀ ਅਗ ਸੋ ਕਿੰਨੀ ਦੇਰ ਬਾਅਦ ਵਿਕਰਮਜੀਤ ਜੀ ਡਰਾ ਨਿਕਲੇ ਹੁੰਦਾ ਜੀ ਜੀ ਇਹ ਜਿਹੜੇ ਡਰਾ ਦੇ ਹਰ 2 ਹਫ਼ਤੇ ਬਾਅਦ ਨਿਕਲਦੇ ਨੇ ਅ ਪ੍ਰੋਗਰਾਮ ਸਪੈਸਿਫਿਕ ਡਰਾ ਜਿਹੜੇ ਕਿ ਅਸੀਂ ਇਸ ਸਾਲ ਦਾ ਟ੍ਰੈਂਡ ਜਿਹੜਾ ਦੇਖਿਆ ਹੈ ਪ੍ਰੋਗਰਾਮ ਸਪੈਸਿਫਿਕ ਡਰਾ ਹੀ ਕੱਢ ਰਹੇ ਜੀ ਜਿਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਸਭ ਤੋਂ ਜ਼ਿਆਦਾ ਡਰਾ ਨਿਕਲੇ ਨੇ ਉਸ ਤੋਂ ਬਾਅਦ ਪ੍ਰੋਵਿੰਸ਼ਲ ਨਾਮਿਨੀ ਦੇ ਜਿਹੜੇ ਡਰਾ ਨਿਕਲੇ ਨੇ ਇਹ ਚ ਮੈਂ ਐਡ ਕਰਨਾ ਚਾਹੂੰਗਾ ਵੀ ਬਹੁਤ ਸਾਰੇ ਆਪਣੇ ਕੈਂਡੀਡੇਟਸ ਜਿਹੜੇ ਕੈਨੇਡਾ ਦੇ ਵਿੱਚ ਸੀਗੇ ਉਹਨਾਂ ਦੀ ਪ੍ਰੋਵਿੰਸ਼ਲ ਨੋਮੀਨੇਸ਼ਨ ਵਾਸਤੇ ਵੀ ਉਹਨਾਂ ਨੇ ਅਪਲਾਈ ਕੀਤਾ ਹੋਇਆ ਸੀ ਜੀ ਉਹਨਾਂ ਸਾਰਿਆਂ ਨੂੰ ਇੱਕ ਬੜੀ ਅੱਛੀ ਗੱਲ ਹੈ ਕਿ ਪ੍ਰੋਵਿੰਸ਼ਲ ਨਾਮਿਨੇਸ਼ਨ ਦੇ ਜਿਹੜੀ ਆਪਣੇ ਜਿਵੇਂ BC ਗਵਰਨਮੈਂਟ ਹੈ ਜਾਂ BC की PNP ਕੀ ਹੈ ਹਾਂਜੀ ਇਹਦੀ ਗੱਲ ਉਹਨਾਂ ਨੂੰ ਆਪ کہہ ਰਿਹਾ ਵੀ ਤੁਹਾਡਾ ਜੇ ਹੁਣ ਡਰਾਅ 'ਚ ਨਾਮ ਆ ਗਿਆ ਤੁਸੀਂ ਵਿਡਰੋ ਕਰ ਲਓ ਅੱਛਾ ਜੇ ਉਧਰ ਆ ਗਿਆ ਜੇ ਉਧਰ ਆ ਗਿਆ ਤੇ ਤੁਸੀਂ ਆਪਣੀ ਅਪਲੀਕੇਸ਼ਨ ਡਰਾ ਕਰ ਲਓ ਵਿਡਰੋ ਕਰ ਲਓ ਹੁਣ ਉਹਦਾ ਜਿਹੜਾ ਫੈਕਟ ਸਾਨੂੰ ਜੋ ਲੱਗਦਾ ਪਿਆ ਆਉਣ ਵਾਲੇ ਸਮੇਂ ਦੇ ਵਿੱਚ ਕਿ BC PNP ਦੇ ਵੀ ਪੁਆਇੰਟ ਇਸੇ ਚੱਕਰ ਤੇ ਥੱਲੇ ਆਣਗੇ ਹੂੰ ਇਸੇ ਕਰਕੇ ਜਿਹੜੀ ਨਵੀਂ ਬੀਸੀਪੀਐਨਪੀ ਦੀ ਜਿਹੜੀ ਟਰੈਂਡ ਆਈ ਹੈ ਜਿਹੜੀ ਗੁਰਪ੍ਰੀਤ ਜੀ ਦੱਸਣਗੇ ਤੇ ਬਾਰੇ ਗੁਰਪ੍ਰੀਤ ਜੀ ਉਹ ਕਿੰਨੇ ਕਿਤੇ ਚੱਲਦਾ ਰਹਿੰਦਾ ਸੀ ਤੇ ਕੀ ਟਰੈਂਡ ਹੈ ਜੀ ਹੁਣ ਸਕੋਰ ਦੇਖੋ ਕੋਵਿਡ ਦੇ ਟਾਈਮ ਦੇ ਵਿੱਚ 92 94 ਤੇ ਚੱਲਿਆ ਗਿਆ ਸੀਗਾ ਤੇ ਜੰਪ ਹੋ ਕੇ ਹੁਣ 100 ਤੋਂ ਉੱਪਰ ਚੱਲਿਆ ਗਿਆ ਸੀ ਪਰ ਹੁਣ ਜਿਉਂ ਵੀ ਆ ਕਰੀਨियन ਐਕਸਪੀਰੀਅੰਸ ਕਲੋਜ਼ਰ ਡਰਾ ਨਿਕਲਿਆ 75 ਦਾ ਫੇਰ 100 ਦੇ ਨੇੜੇ ਤੇ ਵਾਪਸ ਆ ਚੁੱਕਿਆ ਹੈ ਜਿਹੜਾ ਕਿ ਆਨਲਾਈਨ ਦੇ ਨਾਲ ਚ ਬੜੇ ਵਧੀਆ ਚਾਂਸ ਜਿਵੇਂ ਬਕਰਮ ਨੇ ਕਿਹਾ ਗਏ ਹੋਰ ਥੱਲੇ ਆ ਸਕਦਾ ਸਕੋਰ ਜਿਵੇਂ ਤੁਸੀਂ ਖਦਸ਼ਾ ਪ੍ਰਗਟਾਇਆ ਹੈ ਕਿ ਜਿਨ੍ਹਾਂ ਦੀ ਭਾਈ ਉਧਰ ਕੰਮ ਬਣਦਾ ਤੇ ਇਧਰੋਂ ਫਾਈਲ ਵਿਦਡਰਾ ਕਰਾ ਲਓ ਹਾਂਜੀ ਇਹਦਾ ਮਤਲਬ ਇਧਰ ਵੀ ਲੋਕਾਂ ਦੇ ਚਾਂਸ ਹੋਰ ਵਧ ਗਏ ਆ ਬਿਲਕੁਲ ਬਿਲਕੁਲ ਵਧੇ ਜੀ ਇਕੱਲੇ ਵੀਸੀ ਚ ਨਹੀਂ ਬਾਕੀ ਕਿਉਂਕਿ ਜਿਹੜੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈਗੀ ਆ ਉਹ 올ਓਵਰ ਕੈਨੇਡਾ ਦੀ ਹੈਗੀ ਆ ਤੁਸੀਂ ਜੇ ਕਿਤੇ ਵੀ ਕੰਮ ਕੀਤਾ ਐਨਓਸੀ ਲੈਵਲ B ਜਿਹੜੀ ਜੌਬਸ ਹੁੰਦੀਆਂ ਨੇ ਸੂਪਰ ਕੰਮ ਕੀਤਾਗਾ ਤੁਸੀਂ ਇਹਦੇ ਚ ਕੁਆਲੀਫਾਈ ਕਰ ਰਹੇ ਹੋ ਜਾ ਬਿੱਤੇ ਕਈਆਂ ਦਿਨਾਂ ਦੇ ਵਿੱਚ ਜੀ ਮੈਨੂੰ ਤਾਂ ਪਤਾ ਨਹੀਂ ਕਿ ਐਨਓਸੀ ਫਲਾਣਾ ਜੀ ਜਾਂ ਤੇ ਮਕਾਜੀ ਸਾਡਾ ਫਲਾਣੇ ਚ ਸੀ ਜੀ ਹੁਣ ਉਹ ਬੰਦ ਕੀਤਾ ਪਿਆ ਕਿਹੜੇ ਕਿਹੜੇ ਬੰਦ ਕੀਤੇ ਸੀ ਜਾਂ ਹੁਣ ਕਿਹੜੇ ਕਿਹੜੇ ਅਪਲਾਈ ਕਰ ਸਕਦੇ ਜੀ ਜਿੱਦਾਂ ਮੈਂ ਬੀਸੀ ਦੀ ਵੀ ਗੱਲ ਕਰਾਂ ਤਾਂ ਇਹਨਾਂ ਨੇ ਕੋਵਿਡ ਦੇ ਰੈਸਟ੍ਰਿਕਸ਼ਨਸ ਤੋਂ ਬਾਅਦ ਸਪੈਸ਼ਲੀ ਜਿਵੇਂ ਰੈਸਟੋਰੈਂਟ ਜੌਬਸ ਹੋ ਗਈਆਂ ਸਰਵਰ ਦੀਆਂ ਹੋ ਗਈਆਂ ਮੈਨੇਜਰਸ ਦੀਆਂ ਹੋ ਗਈਆਂ ਰੀਟੇਲ ਇੰਡਸਟਰੀ ਜਿਹੜੀ ਕਿ ਸਭ ਤੋਂ ਜ਼ਿਆਦਾ ਹਿੱਟ ਹੋਈ ਸੀ ਕੋਵਿਡ ਦੇ ਕਾਰਨ ਸੋ ਉਹ ਓਕਿਊਪੇਸ਼ਨ ਇਹਨਾਂ ਨੇ ਐਕਸਕਲੂਡ ਕਰਤੀਆਂ ਸੀ ਉਹਨੇ ਡਰਾਅ ਕਰਨੇ ਬੰਦ ਕਰ ਦਿੱਤੇ ਸੀਗੇ ਸੋ ਹੁਣ ਪੀਐਨ ਵਿੱਚ ਕਰ ਲਈਆਂ ਨੇ ਜਿਵੇਂ ਪਰਸੋਂ ਇੱਕ ਡਰਾਅ ਨਿਕਲਿਆ ਉਹਦੇ ਵਿੱਚ ਰੀਟੇਲ ਮੈਨੇਜਰਸ ਤੇ ਰੈਸਟੋਰੈਂਟ ਮੈਨੇਜਰ ਦੇ ਡਰਾਅ ਇਨਕਲੂਡ ਕੀਤੇ ਆ ਉਹਨਾਂ ਨੇ ਸੋ ਬੜੀ ਵਧੀਆ ਖੁਸ਼ਖਬਰੀ ਹੈ ਬਹੁਤ ਸਾਰੇ ਸਟੂਡੈਂਟ ਆਪਣੇ ਉਹ ਇਸ ਲਾਈਨ 'ਚ ਵੀ ਕੰਮ ਕਰ ਰਹੇ ਨੇ ਉਹ ਹੁਣ ਕੁਆਲੀਫਾਈ ਹੈਗੇ ਡਰਾਅ ਦੇ ਵਾਸਤੇ ਪੀਐਨ ਵਿੱਚ ਅੱਛਾ ਹੁਣ ਸਭ ਤੋਂ ਵੱਡੀ ਗੱਲ ਕਿ ਇਹ ਤਾਂ ਹੁਣ ਮੇਰੇ ਵਰਗੇ ਨੇ ਵੀ ਪੜ ਲਿਆ ਹਾਂਜੀ ਹੋ ਸਕਦਾ ਹੁਣ ਸੁਣ ਵੀ ਲਿਆ ਸੁਣ ਵੀ ਵੇਖ ਵੀ ਲੈਣਾ ਕਿ ਵੀ 75 ਵਾਲਿਆਂ ਨੂੰ ਇਨਵੀਟੇਸ਼ਨ ਆ ਰਹੇ ਨੇ ਹਾਂਜੀ ਉਹਦੀ ਕੁਆਲੀਫਿਕੇਸ਼ਨ ਕੀ ਹੈ ਆਮ ਤੌਰ ਤੇ ਇਹ ਇਹ ਜ਼ਰੂਰੀ ਹੈ ਤਾਂ ਕਿ ਉਹ ਬੰਦਾ ਤੁਹਾਡੇ ਕੋਲ ਜਾਂ ਕਿਸੇ ਹੋਰ ਕੋਲ ਆਪਣੇ ਡਾਕੂਮੈਂਟ ਲੈ ਕੇ ਜਾਵੇ ਜਾਂ ਆਪ ਆਨਲਾਈਨ ਸਬਮਿਟ ਕਰੇ ਪਤਾ ਕਿ ਨੂੰ ਲੱਗੂਗਾ ਕਿ ਮੈਂ ਭਾਈ ਇਸ ਵਾਸਤੇ ਕੁਆਲੀਫਾਈ ਕਰਦਾ ਜਿਹੜੇ ਜੀ ਐਕਸਪ੍ਰੈਸ ਐਂਟਰੀ ਜੀ ਦੀ ਵੀਰ ਆਪਾਂ ਗੱਲ ਕਰਦੇ ਪਏ ਆ ਉਹਦੇ ਚਾਰ ਅੱਗੇ ਕੈਟਾਗਰੀਸ ਹੁੰਦੀਆਂ ਨੇ ਜਿਹਦੇ ਵਿੱਚ ਪਹਿਲੀ ਹੁੰਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਕਹਿੰਦਾ ਭਾਬ ਜੀ ਨਾਲ ਕੈਨੇਡਾ ਚ ਐਕਸਪੀਰੀਅੰਸ ਸਦਾ ਹੀ 1 ਸਾਲ ਦਾ ਹੋਣਾ ਹਾਂ ਫਿਰ ਅਗਲੀ ਫੈਡਰਲ ਸਕਿਲ ਵਰਕਰ ਕਲਾਸ ਜਿਹਦੇ ਵਿੱਚ 1 ਸਾਲ ਦਾ ਐਕਸਪੀਰੀਅੰਸ ਕਿਤੇ ਦਾ ਵੀ ਹੋਵੇ ਪਰ ਉਹਦੇ ਕਿਤੋਂ ਵੀ ਗਲੋਬ ਦੇ ਵਿੱਚੋਂ ਜਿੱਤੋਂ ਮਰਜੀ ਪਰ ਉਹਦੀ ਨੌ ਕੈਟਾਗਰੀ 20 20 ਮਤਲਬ ਕਿ ਵੀ ਕੋਈ ਸੁਪਰਵਾਈਜ਼ਰ ਮੈਨੇਜਰ ਟਰੇਡ ਪਰਸਨ ਇਦਾਂ ਦੇ ਫਿਰ ਹੋਗੇ ਆਪਣੇ ਫੈਡਰਲ ਸਕਿਲ ਟਰੇਡ ਜਿਹਦੇ ਵਿੱਚ ਆਪਣੇ ਟਰੇਡਮੈਨ ਵੀਰ ਆਪਣੇ ਕੋਈ ਕਾਰਪੈਂਟਰ ਪਲੰਬਰ ਉਹ ਆਉਂਦੇ ਨੇ ਤੇ ਤੀਜਾ ਹੁੰਦਾ ਪ੍ਰੋਵਿੰਸ਼ਲ ਨੋਮినੇਟ ਕਲਾਸ ਹਰ ਇੱਕ ਕਲਾਸ ਦਾ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ ਸੋ ਜਿਹੜੀ ਆਪਾਂ 75 ਦੀ ਗੱਲ ਕਰ ਰਹੇ ਇਹਦੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਹਾਂਜੀ ਉਹੀ ਇਨਸਾਨ ਜਿਹਦੇ 1 ਸਾਲ ਦਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਹੋਇਆ 20 ਕੈਟਾਗਰੀ ਦੇ ਵਿੱਚ ਜੀ ਉਹ ਸੀਐਲਬੀ ਲੈਵਲ 5 ਮਤਲਬ 5 ਬੈਂਡ ਈਚ ਤਕਰੀਬਨ ਹਰੇ ਕੈਟਾਗਰੀ ਚ ਲੈ ਕੇ ਆਉਂਦੇ ਨੇ ਆਇਲੈਂਡਸ ਦੇ ਵਿੱਚ ਜੀ ਜੀ ਜਾਂ ਸੈਲਫ ਪਿਪ ਦੇ ਜਿਹੜੇ ਸੀਐਲਬੀ ਹੈਗਾ ਤੇ ਉਹ ਕੁਆਲੀਫਾਈ ਕਰਦੇ ਨੇ ਇਸ ਦੇ ਵਿੱਚ ਅੱਛਾ ਆਮ ਤੌਰ ਤੇ ਪਹਿਲਾਂ ਤਾਂ ਪੰਜ ਵਾਲੇ ਨੂੰ ੜੇ ਵੀ ਨਹੀਂ ਲਗਣ ਦਿੰਦੇ ਹੁੰਦੇ ਸੀ ਪੰਜ ਬੈਂਟ ਵਾਲੇ ਨੂੰ ਮੈਂ 75 ਤਾਂ ਬਹੁਤ ਜਣੇ ਆ ਗਏ ਜੀ ਇਹਦੇ ਚ ਨਹੀਂ ਮੈਂ ਪਹਿਲਾਂ ਸੁਣਦਾ ਹੁੰਦਾ ਸੀ ਭਾਈ ਫਾਈਲ ਵੀਰੇ ਤੂੰ ਲੈ ਜਾ ਥੋੜੀ ਜਿਹਾ ਫੇਰ ਮਿਹਨਤ ਕਰਕੇ ਇੱਕ ਵਾਰੀ ਆਟਸ ਦਾ ਦੁਬਾਰੇ ਟੈਸਟ ਦੇ ਜਿੰਨੇ ਵੱਧ ਲੈ ਆਏਗਾ ਉਹਨੇ ਚਾਂਸ ਵਧਣਗੇ ਆਹ ਪੰਜ ਵਾਲੇ ਤਾਂ ਥੋੜੇ ਮੂੰਹ 'ਚ ਮੈਂ ਕਹਿੰਦਾ ਘੰਡ ਖਿੱਚ ਕੀ ਸ਼ਕਰ ਕਹਿੰਦੇ ਹੁੰਦੇ ਨੇ ਉਹ ਕੰਮ ਹੈ ਨਹੀਂ ਤਾਂ ਕਹਿੰਦੇ ਹੁੰਦੇ ਸੀ ਭਾਈ ਕੋਈ ਫਾਰਮ ਵਰਕਰ ਹੋਇਆ ਪੰਜ ਉਹ ਜਾਂ ਕੋਈ ਨੈਣੀ ਵਾਲਾ ਪੰਜ ਬਾਕੀ ਪੰਜ ਵਾਲਾ ਨਾ ਆਇਓ ਹਾਂ ਜੀ ਹਾਂ ਜੀ ਇਸੇ ਕਰਕੇ ਬੜੇ ਸਾਨੂੰ ਫੋਨ ਆ ਰਹੇ ਨੇ ਵਧਾਈਆਂ ਇਹ ਸਾਨੂੰ ਪੀਆਰ ਮਿਲ ਚੁੱਕੀ ਆ ਮੈਂ ਵਾਰੀ ਵਾਰੀ ਇੱਕ ਯਾਦ ਕਰਾਉਣਾ ਚਾਹੁੰਦਾ ਵੀ ਹਲੇ ਪੀਆਰ ਤੁਹਾਨੂੰ ਮਿਲੀ ਨਹੀਂ ਹੈਗੀ ਹਲੇ ਇਨਵੀਟੇਸ਼ਨ ਆਇਆ ਇਨਵੀਟੇਸ਼ਨ ਆਏਗਾ ਤੁਸੀਂ ਮੈਂ ਤੁੜੀ ਹਿਸਟਰੀ ਵੀ ਦੱਸਣਾ ਚਾਹੁੰਦਾ ਐਕਸਪੀਰੀਅੰਸ ਦੀ ਸੋ ਇਹਦਾ ਬੇਸ ਕੀ ਹੁੰਦਾ ਹੈਗਾ ਤੁਹਾਨੂੰ ਪੁਆਇੰਟ ਕਲੇਮ ਕਰਨੇ ਪੈਂਦੇ ਆ ਥੋੜੀ ਏਜ ਦੇ ਪੁਆਇੰਟ ਥੋੜੀ ਐਜੂਕੇਸ਼ਨ ਦੇ ਥੋੜੇ ਐਕਸਪੀਰੀਅੰਸ ਦੇ ਥੋੜੀ ਲੈਂਗੁਏਜ ਸਕਿਲਸ ਦੇ ਸੋ ਜੋ ਵੀ ਤੁਸੀਂ ਕਲੇਮ ਕੀਤਾ ਹੁਣ ਇਨਵੀਟੇਸ਼ਨ ਆਉਣ ਤੋਂ ਬਾਅਦ ਤੁਸੀਂ ਉਹ ਪ੍ਰੂਵ ਕਰਨਾ ਸਾਰਾ ਕੁਝ ਅਫਸਰ ਅੱਗੇ ਇਹ ਤੁਸੀਂ ਕਲੇਮ ਕੀਤਾ ਸੀ ਮੇਰੀ ਆਲਟਸ ਲੈਟਸ ਸੇ 6 ਪੁਆਇੰਟ ਦੀ ਹੈਗੀ ਆ ਤੁਸੀਂ ਉਹ ਲੈਵਲ ਹੁਣ ਆਪਣਾ ਡਾਕੂਮੈਂਟ ਪ੍ਰੋਡਿਊਸ ਕਰਕੇ ਕਲੇਮ ਕਰਨਾ ਜੇ ਤੁਸੀਂ ਕਿਹਾ ਸੀ ਮੈਂ ਸੁਪਰਵਾਈਜ਼ ਦਾ ਕੰਮ ਕੀਤਾ ਤੁਹਾਨੂੰ ਉਹ ਡਾਕੂਮੈਂਟ ਐਕਸਪੀਰੀਅੰਸ ਦਾ ਦੇਣਾ ਪੈਣਾ ਹੁਣ ਸੋ ਹੱਲੇ ਪੀਆਰ ਮਿਲੀ ਨਹੀਂ ਆਪਾਂ ਨੂੰ ਉਹ ਪ੍ਰੋਪਰ ਡਾਕੂਮੈਂਟੇਸ਼ਨ ਲਾਉਣੇ ਬੜੇ ਜ਼ਰੂਰੀ ਆ ਪੁਲਿਸ ਕਲੀਅਰੈਂਸ ਪ੍ਰੋਪਰ ਤਰੀਕੇ ਨਾਲ ਫਾਈਲ ਕੰਪਲੀਟ ਕਰਕੇ ਭੇਜੋਗੇ ਤਾਂ ਬੜੇ ਵਧੀਆ ਚਾਂਸ ਨੇ 6 ਮਨთ ਵਿੱਚ ਪੀਆਰ ਮਿਲ ਜਾਏਗਾ। ਅੱਛਾ ਹੁਣ ਇਹਦੇ 'ਚ ਇੱਕ ਕਨਫਿਊਜ਼ਨ ਪੈਦਾ ਹੋਈ ਹੈ। ਹਾਂਜੀ। ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਫੋਨ ਆਇਆ ਉਹ ਲੜਕੀ ਇੱਥੇ ਨੈਣੀ ਦੇ ਤੌਰ ਤੇ ਕੰਮ ਕਰਦੀ ਹੈ ਲਗਭਗ ਉਹਨੂੰ ਪੌਣੇ 2 ਸਾਲ ਹੋ ਚੁੱਕੇ ਐ। ਓਕੇ ਜੀ। ਹੁਣ ਜੇ ਕੈਨੇਡੀਅਨ ਐਕਸਪੀਰੀਅੰਸ ਦੀ ਗੱਲ ਕਰੀਏ ਸਾਲ ਤਾਂ ਉਹਦਾ ਕੈਨੇਡੀਅਨ ਐਕਸਪੀਰੀਅੰਸ ਹੋਇਆ ਨਾ। ਹਾਂਜੀ। ਹੁਣ ਉਹ ਦੂਸਰੇ ਸਾਲ 'ਚ ਹਾਲਾਂਕਿ ਉਹ 2 ਸਾਲ ਜਦੋਂ ਕੰਮ ਕਰ ਲਿਆ ਤੋ ਆਲਰਡੀ ਉਹਨੇ ਪੀਆਰ ਦੀ ਫਾਈਲ ਲਾ ਦੇ ਹਾਂਜੀ 1 ਸਾਲ ਐਕਸਪੀਰੀਅੰਸ ਜਦੋਂ ਕੈਨੇਡੀਅਨ ਤੁਸੀਂ ਕਹਿੰਦੇ ਹੋ ਐਕਸਪੀਰੀਅੰਸ ਚਾਹੀਦਾ ਉਹਦੇ ਕੋਲ ਤਾਂ ਪੌਣੇ 2 ਸਾਲ ਦਾ ਹੈ ਹਾਂਜੀ ਔਰ ਇੱਥੋਂ ਉਹ ਪੇ ਰੋਲ ਦੇ ਉੱਤੇ ਵੀ ਆ ਸਾਰਾ ਕੁਝ ਹੋ ਰਿਹਾ ਪ੍ਰੋਪਰ ਕੰਮ ਵੀ ਕਰ ਰਹੀ ਹੈ ਕੀ ਉਹ ਲੋਕ ਜਿਨ੍ਹਾਂ ਨੂੰ ਪੌਣੇ 2 ਸਾਲ ਆ ਜਾਂ ਨੈਨੀ ਦੇ ਇੱਕ ਤੌਰ ਦੇ ਕੰਮ ਕਰਦਿਆਂ ਨੂੰ ਹੋ ਗਿਆ ਹਾਂਜੀ ਉਹਨਾਂ ਕੋਲੇ ਉਹ ਕਹਿੰਦੇ ਜੀ ਮੇਰੇ ਕੋਲੇ ਪਹਿਲਾਂ ਇੱਥੋਂ ਦੀ ਇੰਡੀਆ ਦੀ ਆਰਐਨ ਦੀ ਵੀ ਡਿਗਰੀ ਸੀ ਹਾਂਜੀ ਤੇ ਮੇਰੇ ਕੋਲ 7 ਬੈਂਡ ਵੀ ਨੇ ਤੇ ਮੈਂ ਦੱਸੋ ਇਹਦੇ ਚ ਕੁਆਲੀਫਾਈ ਕਰਦੀਆਂ ਜਾਂ ਨਹੀਂ ਹੁਣ ਸਵਾਲ ਦਾ ਜਵਾਬ ਕੀ ਹੋਊਗਾ ਜੀ ਜਿਹੜੀ ਜਿਹੜੀ ਬੇਸ ਰਿਕੁਆਇਰਮੈਂਟ ਇਸ ਪ੍ਰੋਗ ਫਟਕੋ 1 ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਹੋਣਾ ਚਾਹੀਦਾ ਇਸੇ ਚੀਜ਼ 'ਚ ਵੀ ਹੋਵੇ ਐਨਓਸੀ ਲੈਵਲ ਓ ਏ ਜਾਂ ਬੀ ਦੇ ਵਿੱਚ ਸੁਪਰਵਾਈਜ਼ਰ ਜਾਂ ਸੁਪਰਵਾਈਜ਼ਰ ਜਾਂ ਆਹ ਦੇਖੋ ਆਹ ਆਹ ਟੈਕਨੀਕਲ ਕੁਐਸਚਨ ਹੈ ਜੀ ਬਿਲਕੁਲ ਤੇ ਇਹ ਐਕਸਪੀਰੀਅੰਸ ਵੀ ਤੁਹਾਨੂੰ ਪਿਛਲੇ 3 ਸਾਲ ਦੇ ਵਿੱਚ ਹੋਣਾ ਚਾਹੀਦਾ 1 ਸਾਲ ਦਾ ਅੱਛਾ ਇਹਦਾ ਮਤਲਬ ਹੈ ਟੋਟੇ ਟੋਟੇ ਕਰਕੇ ਹੋਵੇ ਹਾਂ ਚਾਹੇ ਤੁਸੀਂ ਕਲੇਮ ਕਰ ਸਕਦੇ ਹੋ ਸੋ ਜਿਵੇਂ ਮਤਲਬ ਕਿਤੇ 3 ਮਹੀਨੇ ਕੀਤਾ ਕਿਤੇ 4 ਮਹੀਨੇ ਕਰ ਲਿਆ ਜੀ ਜੇ ਤੁਸੀਂ ਇਹ ਮੰਨਦੇ ਨੇ ਜਿਵੇਂ ਤੁਸੀਂ 1 ਸਾਲ ਪਾਰਟ ਟਾਈਮ ਕੰਮ ਕੀਤਾ ਸੋ 20 ਘੰਟੇ ਕੰਮ ਕੀਤਾ ਉਹ ਇਹਨੂੰ 6 ਮਹੀਨੇ ਦਾ ਫੁੱਲ ਟਾਈਮ ਮੰ ਅੱਛਾ ਸੋ ਇਹ ਕਰਦੇ ਨੇ ਕੁੱਲ ਮਿਲਾ ਕੇ ਉਹਨਾਂ ਬਣਦਾ ਹੋਵੇ ਬਿਲਕੁਲ ਜੀ ਔਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਕੰਟੀਨਿਊਸ ਵਰਕ ਕਹਿੰਦੇ ਨੇ ਉਹਨੂੰ ਸੋ ਜਿਹਦੇ ਵਿੱਚ ਕੀ ਹੋ ਗਿਆ ਲੈਟਸ ਮੈਂ ਜਿਵੇਂ ਇੱਕ ਦੁਕਾਨ ਤੇ ਸੁਪਰਵਾਈਜ਼ਰ ਦਾ ਕੰਮ ਕਰ ਲਿਆ 6 ਮਹੀਨੇ ਫਿਰ 4 ਮਹੀਨੇ ਮੈਂ ਦੂਜੀ ਦੁਕਾਨ ਤੇ ਚਲੇ ਗਿਆ ਫਿਰ 3 ਮਹੀਨੇ ਮੈਂ ਹੋਰ ਕਿਸੇ ਕੰਮ ਦਾ ਪਰ ਉਹ ਕੰਬਾਈਨਡ ਜੇ 1 ਸਾਲ ਦਾ ਹੋ ਗਿਆ ਤਾਂ ਉਹ ਤੁਸੀਂ ਕੁਆਲੀਫਾਈ ਕਰਦੇ ਹੋ ਉਹਦੇ ਵਿੱਚ ਹੂੰ ਸੋ ਇਹਦਾ ਮਤਲਬ ਇਹ ਆ ਕਿ ਤੁਹਾਡਾ ਘਟੂ ਘਟ ਸੁਪਰਵਾਈਜ਼ਰ ਤੁਸੀਂ ਦੇ ਤੌਰ ਤੇ ਕੰਮ ਕੀਤਾ ਹੋਵੇ ਤਾਂ ਫਿਰ ਤੁਸੀਂ ਇਸ ਅਧੀਨ ਆਸ ਕੈਟਾਗਰੀ ਅਧੀਨ ਆਪਣੀ ਫਾਈਲ ਸਬਮਿਟ ਕਰ ਸਕਦੇ ਹੋ ਸੁਪਰਵਾਈਜ਼ਰ ਹੋ ਜਾ ਜੀ ਕੋਈ ਟਰੇਡ ਹੋ ਜਾਣ ਇਸੇ ਕਰਕੇ ਅਸੀਂ ਬਹੁਤ ਸਾਰੇ ਜਿਹੜੇ ਬੱਚੇ ਥੋੜਾ ਖੋਲ ਕੇ ਦੱਸ ਦਿਓ ਕਿਹੜੇ ਕਿਹੜੇ ਜੀ ਹਾਂ ਜੀ ਵਿਕਰਮ ਦੱਸ ਦਿੰਦੇ ਹਾਂ ਮੈਂ ਕੋਈ ਦੱਸਣਾ ਚਾਹੁੰਦਾ ਜੀ ਬਹੁਤ ਸਾਰੇ ਬੱਚੇ ਸਾਡੇ ਕੋਲ ਸਾਨੂੰ ਰੋਜ਼ ਫੋਨ ਆਉਂਦਾ ਜੀ ਅਸੀਂ ਆਹ ਕੰਮ ਕਰ ਰਹੇ ਜਿਹੜੇ ਕੀ ਉਹਨਾਂ ਨੂੰ ਪਤਾ ਨਹੀਂ ਵੀ ਉਹ ਸੀ ਕੈਟਾਗਰੀ ਦੇ ਕੰਮ ਆਹ ਕਿਹੜੇ ਕੰਮ ਕਰਨ ਜਿਵੇਂ ਜਿਵੇਂ ਡਿਲੀਵਰੀ ਡਰਾਈਵਰਸ ਜਿਹੜੇ ਹੋਗੇ ਮੈਂ ਪੁਆਇੰਟ ਆਊਟ ਨਹੀਂ ਕਰਨਾ ਚਾਹੁੰਦਾ ਬਟ ਉਸੇ ਹੀ ਲੈਵਲ ਦਾ ਮੈਨੂੰ ਆਪਾਂ ਨੂੰ ਕਰਨਾ ਪਊ ਤਾਂ ਕਿ ਵਿਚਾਰੇ ਹੋ ਸਕਦਾ ਕੋਈ ਵੀ ਆਸ ਰੱਖੀ ਬੈਠੇ ਉਹ 2 ਸਾਲ ਦਾ ਡਿਲੀਵਰੀ ਡਰਾਈਵਰ ਦੇ ਤੌਰ ਤੇ ਕੰਮ ਕਰ ਰਹੇ ਹੋ ਜਿਵੇਂ ਅੱਜ ਕੱਲ ਆਪਣੇ ਆ ਚੱਲਦੀ ਪਈ ਐ Amazon ਦੀ ਡਿਲੀਵਰੀ ਚੱਲ ਰਿਹਾ ਜੀ ਹਰ ਚੱਲਦਾ ਪਿਆ ਜਾਂ ਕੋਈ ਵੀ ਡਿਲੀਵਰੀ ਵਾਲਾ ਕੰਮ ਚੱਲਦਾ ਪਿਆ ਉਸੇ ਹੀ ਲੈਵਲ ਦਾ ਕੰਮ ਹੈ ਅੱਛਾ ਜੀ ਜਾਂ ਸਰਵਰ ਦਾ ਕੰਮ ਹੈ ਉਸੇ ਹੀ ਲੈਵਲ ਦਾ ਕੰਮ ਮੈਂ ਉਹ ਇਹ ਚ ਕੁਆਲੀਫਾਈ ਨਹੀਂ ਕਰਦਾ ਇਸੇ ਕਰਕੇ ਅਸੀਂ ਬਹੁਤਿਆਂ ਨੂੰ ਕਹਿੰਨੇ ਆ ਕਿ ਵੀ ਜੇ ਤੁਸੀਂ ਐਜ਼ ਅ ਸਪਾਊਸ ਵੀ ਕਿਸੇ ਸਟੂਡੈਂਟ ਦੇ ਆ ਓਪਨ ਵਰਕ ਦਾ ਮਤਲਬ ਹੀ ਇਹ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਕਰੋ। ਸੋ ਤੁਸੀਂ ਜਿੱਥੇ ਮਰਜ਼ੀ ਕਰੋ। ਜਿੱਥੇ ਮਰਜ਼ੀ ਕਰੋ ਸੋ ਤੁਸੀਂ ਅਸੀਂ ਸਭ ਨੂੰ ਇਹ ਸਲਾਹ ਦਿੰਨੇ ਆ ਵੀ ਤੁਸੀਂ ਠੀਕ ਹੈ ਤੁਸੀਂ ਸਾਈਡ ਤੇ ਡਿਲੀਵਰੀ ਦਾ ਕੰਮ ਕਰਨਾ ਹੈ ਜੀ ਸਦਕੇ ਕਰੀ ਜੋ ਬਟ ਨਾਲ ਨਾਲ ਇੱਕ ਕੰਮ ਕੋਈ ਸੁਪਰਵਾਈਜ਼ ਹੁੰਦਾ ਵੀ ਕਰੋ। ਫੁੱਲ ਟਾਈਮ ਕੰਮ ਹੈ ਜਿਹੜਾ ਤਾਂ ਘੱਟੋ-ਘੱਟ ਤੁਹਾਡਾ ਕਿਤੇ ਇਸ ਥਾਂ ਤੇ ਹੱਥ ਅੜਦਾ ਹੋ ਜੇ। ਬਿਲਕੁਲ ਬਿਲਕੁਲ ਤਾਂ ਕਿ ਕੱਲ-ਕੱਲ ਨੂੰ ਜਿਸ ਤਰ੍ਹਾਂ ਹੋਣਾ ਮੈਨੂੰ ਲੱਗਦਾ ਹੈ ਕਿ ਮੈਂ ਤਾਂ ਜੀ ਪਹਿਲੀ ਵਾਰ ਹੀ ਸੁਣਿਆ ਕੈਨੇਡੀਅਨ ਇਤਿਹਾਸ 'ਚ ਇਸ ਤਰ੍ਹਾਂ ਦੀ ਗੱਲ ਜਦੋਂ ਕੋਈ ਇੱਕ ਮੈਂ ਸਟੱਡੀ ਕੀਤੀ ਹੈ। ਤੁਹਾਡਾ ਤਾਂ ਵਾਹ ਨਿਤ Uh, 75 ਤੇ ਮੈਨੂੰ ਲੱਗਦਾ ਨਹੀਂ ਦੁਬਾਰਾ ਅਸੀਂ ਕਹਿੰਨੇ ਚਲੋ ਸਾਰੇ ਪੱਕੇ ਹੋਣ ਇੱਥੇ ਆ ਕੇ ਪਰ 75 ਤੇ ਮੈਨੂੰ ਲੱਗਦਾ ਨਹੀਂ ਦੁਬਾਰਾ ਆਊਗਾ ਹਾਂ ਔਰ ਵਾਲੇ ਡਰਾ ਥੱਲੇ ਜ਼ਰੂਰ ਆ ਸਕਦੇ ਨੇ ਕਿੰਨਾ ਤੇ ਆਉਂਦੇ ਨੇ ਨਹੀਂ ਜਿਵੇਂ ਪਹਿਲਾਂ 450 ਤੇ ਆਉਂਦੇ ਸੀਗੇ 450 ਤੇ ਆਉਂਦੇ ਸੀਗੇ ਸੋ ਉਹਦਾ 350 ਦਾ ਆ ਜਾਏ 300 400 750 ਪਰ ਬਹੁਤ ਜ਼ਰੂਰੀ ਆ ਜੇ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਆਪਣੀ ਪ੍ਰੋਫਾਈਲ ਅੱਜ ਹੀ ਸਬਮਿਟ ਕਰੋ ਇਸੇ ਦੇ ਵਾਸਤੇ ਕੋਈ ਸੋਲ ਸਾਹਿਬ ਟਾਈਮ ਫਰੇਮ ਵੀ ਦਿੱਤਾ ਜੀ ਕਿੰਨੀ ਦੇਰ ਚ ਹੋ ਸਕਦੀ ਹੈ ਹਾਂਜੀ 90 ਡੇਜ਼ ਦੇ ਵਿੱਚ ਵਿੱਚ ਤੁਹਾਨੂੰ ਇੰਵੀਟੇਸ਼ਨ ਆਉਣ ਤੋਂ ਐਪਲੀਕੇਸ਼ਨ ਫਾਈਲ ਕਰਨੀ ਹੁੰਦੀ ਹੈ ਤਕਰੀਬਨ ਤਕਰੀਬਨ 15 ਮਈ ਤੱਕ ਜਿਹਨਾਂ ਨੂੰ ਹੁਣ ਇੰਵੀਟੇਸ਼ਨ ਆਇਆ ਵੀ ਉਸ ਤੋਂ ਪਹਿਲਾਂ ਪਹਿਲਾਂ ਐਪਲੀਕੇਸ਼ਨ ਫਰਵਰੀ 13 ਨੂੰ ਆਇਆ ਸੀ ਸੋ 90 ਦਿਨ ਜਦੋਂ ਵੀ ਤੁਹਾਡੇ ਪੂਰੇ ਹੁੰਦੇ ਉਸ ਤੋਂ ਪਹਿਲਾਂ ਪਹਿਲਾਂ ਫਾਈਲ ਲਾਉਣੀ ਹੁੰਦੀ ਹੈ ਹੁਣ ਮੈਂ ਜਿਹੜੇ ਡਾਕੂਮੈਂਟ ਟਾਈਮ ਲੈਂਦੇ ਨੇ ਤੁਹਾਨੂੰ ਗੈਦਰ ਕਰਨ ਵਾਸਤੇ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟਸ ਹੈਗੇ ਨੇ ਸੋ ਜਿੱਥੇ ਤੁਸੀਂ 6 ਮਹੀਨੇ ਤੋਂ ਜ਼ਿਆਦਾ ਰਹੇ ਹੋ ਪਿਛਲੇ 10 ਸਾਲ ਦੇ ਵਿੱਚ ਤੁਹਾਨੂੰ ਉਹ ਤੋਂ ਆਪਣਾ ਪੁਲਿਸ ਕਲੀਅਰੈਂਸ ਲੈਣਾ ਪੈਂਦਾ ਹੈ ਸੋ ਉਹਨ ਸਕਦੇ ਹੋ ਮੰਨ ਲਓ ਬਾਕੀ ਡਾਕੂਮੈਂਟ ਉਹਦੇ ਕੋਲ ਹੈਗੇ ਆ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹਨੂੰ ਸਮਾਂ ਲੱਗਦਾ ਕਿ ਉਹਦੇ ਤੋਂ ਬਿਨਾਂ ਸਬਮਿਟ ਕੀਤਾ ਜਾ ਸਕਦਾ ਹੈ ਫਿਰ ਕਿਤੇ ਕੋਈ ਤਰੀਕੇ ਹੁੰਦੇ ਨੇ ਓਕੇ ਜੀ ਜਿਵੇਂ ਤੁਸੀਂ ਪੁਲਿਸ ਕਲੀਅਰੈਂਸ ਜੇ ਨਹੀਂ ਆ ਰਹੀ ਕਈ ਵਾਰੀ ਡਿਲੇ ਪੈ ਜਾਂਦਾ ਮਹੀਨੇ ਡੇਢ ਮਹੀਨੇ ਦਾ ਤਾਂ ਇਹਨਾਂ ਨੂੰ ਇੱਕ ਐਕਸਪਲੇਸ਼ਨ ਲਾ ਕੇ ਤੁਸੀਂ ਲਾ ਸਕਦੇ ਹੋ ਤੇ ਜਦੋਂ ਉਸ ਤੋਂ ਬਾਅਦ ਜਿੱਦਾਂ ਹੀ ਤੁਹਾਡੇ ਕੋਲ ਆਂਦੀ ਆ ਆਪਾਂ ਬਾਅਦ ਵਿੱਚ ਉਹਨੂੰ ਸਬਮਿਟ ਕਰ ਸਕਦੇ ਹੁੰਦੇ ਨੇ ਸਾਡੇ ਕੋਲ ਤਰੀਕੇ ਹੁੰਦੇ ਜਿਹਦੇ ਨਾਲ ਅਸੀਂ ਬਾਅਦ ਵਿੱਚ ਸਬਮਿਟ ਕਰਵਾ ਸਕਦੇ ਹੁੰਦੇ ਆ ਅੱਛਾ ਤੇ ਮੈਂ ਇੱਕ ਗੱਲ ਨੋਟ ਕਰਾਉਣਾ ਚਾਹੁੰਦਾ ਕਿ ਜਿੱਦਨ ਦਾ ਇਹ ਡਰਾਅ ਹੈ ਉਸ ਤੋਂ ਬਾਅਦ ਬਹੁਤ ਹਰੇਕ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਉਹ ਸਾਰੇ ਆਪਣੇ ਆਪ ਪ੍ਰੋਫਾਈਲਸ ਬਣਾਉਣ ਲੱਗੇ ਹੋਏ ਨੇ ਹਾਂਜੀ ਔਰ ਸਾਨੂੰ ਬਹੁਤ سارے ਫੋਨ ਆ ਰਹੇ ਆ ਕਿ ਜੀ ਭਾਜੀ ਸਾਡੇ ਜੀ ਪ੍ਰੋਫਾਈਲ ਇਨੈਲਿਜੀਬਲ ਆ ਰਹੇ ਆ ਅੱਛਾ ਜੀ ਕਿਉਂਕਿ ਜਿਹੜੇ ਜਦੋਂ ਪ੍ਰੋਫਾਈਲ ਬਣਾਉਣ ਲੱਗੇ ਕੁਐਸਚ ਜਿਹਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਇਹਦਾ yes ਕਰਨਾ ਹੈ ਇਹਦਾ no ਕਰਨਾ ਹੈ ਔਰ ਉਹ ਛੋਟੀ ਜੀ ਗਲਤੀ ਕਰਕੇ ਇਨੈਲੀਜੀਬਲ ਹੋ ਰਹਾ ਔਰ ਪ੍ਰੋਫਾਈਲ ਵੈਸੇ ਵੀ ਤਕਰੀਬਨ ਤਕਰੀਬਨ 5 ਤੋਂ 6 ਦਿਨ ਲੱਗ ਰਿਹਾ ਜਿਹੜਾ ਪ੍ਰੋਫਾਈਲ 1 ਦਿਨ ਦੇ ਵਿੱਚ ਬਣ ਜਾਂਦਾ ਸੀ ਉਹ 5 ਤੋਂ 6 ਦਿਨ ਲੱਗ ਰਿਹਾ ਸੋ ਓਵਰਲੋਡ ਚੱਲ ਰਿਹਾ ਜੀ ਕੰਫਰਮ ਓਵਰਲੋਡ ਚੱਲ ਰਿਹਾ ਅਸੀਂ ਇਸੇ ਕਰਕੇ ਹਰੇਕ ਨੂੰ ਕਹਿਣਾ ਹੈ ਵੀ ਕਿਸੇ ਪ੍ਰੋਫੈਸ਼ਨਲ ਕੋਲ ਜਾ ਕੇ ਤੁਸੀਂ ਆਪਣੀ ਪ੍ਰੋਫਾਈਲ ਬਣਵਾਓ ਤਾਂ ਕਿ ਆਪਾਂ ਜਿਹੜਾ ਅਗਲਾ ਡਰਾ ਹੈ ਉਹਦੇ ਵਾਸਤੇ ਰੈਡੀ ਰਹੀ ਅੱਛਾ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਇਹਦਾ ਮਤਲਬ ਜੇ ਇੱਕ ਜੈਸਨੋ ਤੁਹਾਡੀ ਜ਼ਿੰਦਗੀ ਦਾ ਤੁਹਾਡੇ ਪੂਰੇ ਖ ਦਾ ਫੈਸਲਾ ਨਾ ਪੱਕੀ ਕਰ ਸਕਦੀ ਹੈ ਹਾਂਜੀ ਕਿੰਨਾ ਕੁ ਖਿਆਲ ਰੱਖਣ ਦੀ ਲੋੜ ਹੈ ਜੀ ਬਹੁਤ ਜ਼ਿਆਦਾ ਜੀ ਜਿਵੇਂ ਪਹਿਲਾਂ ਵੀ ਮੈਂ ਸ਼ੁਰੂ ਚ ਗੱਲ ਦੱਸੀ ਜੋ ਤੁਸੀਂ ਪੁਆਇੰਟ ਕਲੇਮ ਕਰ ਰਹੇ ਹੋ ਜੋ ਤੁਸੀਂ ਚੀਜ਼ਾਂ ਕਲੇਮ ਕਰ ਰਹੇ ਹੋ ਤੁਹਾਨੂੰ ਅੱਗੇ ਜਾ ਕੇ ਪ੍ਰੂਵ ਕਰਨੀਆਂ ਪੈਣਗੀਆਂ ਜੇ ਇਮਿਟੇਸ਼ਨ ਆ ਜਾਂਦਾ ਤੁਹਾਨੂੰ ਅੱਛਾ ਤੁਸੀਂ ਉਹ ਗਲਤੀ ਨਾਲ ਕੋਈ ਚੀਜ਼ ਕਲੇਮ ਕਰ ਲਈ ਜਿਵੇਂ ਤੁਹਾਡੇ ਜੈਸ ਕਰ ਦਿੱਤਾ ਤੁਸੀਂ ਯੈਸ ਕਰਤਾ ਪਰ ਤੁਸੀਂ ਐਲੀਜੀਬਲ ਨਹੀਂ ਹੈਗੇ ਤਾਂ ਤੁਹਾਡੀ ਫਾਈਲ ਤੇ 네ਗੇਟਿਵ ਇਮਪੈਕਟ ਪੈ ਸਕਦਾ ਉਸ ਚੀਜ਼ ਦਾ ਹੂੰ ਇਹ ਬੜੀ ਦੇਖ ਕੇ ਪ੍ਰੋਫਾਈਲ ਕਲੇਮ ਕਰਨੇ ਪੁਆਇੰਟ ਕੀ ਐਕਸਪੀਰੀਅੰਸ ਤੁਹਾਡਾ ਕਿਸ ਕੈਟੇਗਰੀ ਚਾ ਕਿਹੜੀ ਐਨਓਸੀ ਹੈਗੀ ਆ ਪੜਾਈ ਕਿੱਤੋਂ ਦੀ ਆ ਉਹ ਕੁਆਲੀਫਾਈ ਕਰਦੀ ਆ ਕਾਲਜ ਕਿਹੜਾ ਕੁਆਲੀਫਾਈ ਕਰਦਾ ਨਹੀਂ ਕਰਦਾ ਬਹੁਤ ਜ਼ਿਆਦਾ ਚੀਜ਼ਾਂ ਦੇਖਣੇ ਪੈਂਦੀਆਂ ਫੇਰ ਪ੍ਰੋਫਾਈਲ ਥੋੜੀ ਸਬਮਿਟ ਹੁੰਦੀ ਆ ਜਿਹੜਾ ਜੀ ਆਫੀਸਰ ਨੇ ਦੇਖਣਾ ਉਹਨੇ ਕਾਗਜ਼ ਦੇਖਣੇ ਤੁਹਾਡੇ ਹਾਂ ਤੁਸੀਂ ਤਾਂ ਉੱਥੇ ਕੋਲ ਹੈ ਨਹੀਂ ਕੀ ਕੀ ਲਾਇਆ ਜਿਹਦੇ ਵਿੱਚ ਬਹੁਤ ਵੱਡੀ ਚੀਜ਼ ਹੈਗੀ ਆ ਜਿਹੜੇ ਤੁਸੀਂ ਕਲੇਮ ਕਰ ਰਹੇ ਹੋ ਕੋਈ ਓਕੂਪੇਸ਼ਨ ਕੀ ਉਹਦੀ ਡਿਊਟੀਆਂ ਤੁਸੀਂ ਨਿਭਾ ਵੀ ਰਹੇ ਹੋ ਸੋ ਮੈਂ ਮੈਨੇਜਰ ਦਾ ਕੰਮ ਕਰ ਰਹਾ ਪਰ ਮੈਂ ਕੰਮ ਦੀ ਡਿਊਟੀਆਂ ਜਿਹੜੀਆਂ ਹੈਗੀਆਂ ਮੈਂ ਆਮ ਕੋਈ ਲਿਖ ਦਿੱਤੀਆਂ ਉਹਨੇ ਉਸੇ ਟਾਈਮ ਦੀ ਪ੍ਰੋਫਾਈਲ ਤੁਹਾਡੀ ਕੱਢ ਲੈਣੀ ਆ ਬਸ ਕੱਢ ਲੈਣੀ ਆ ਬਾਹਰ ਸੋ ਤੁਹਾਡੀ ਕੀਤੀ ਕਰੇ ਮਿਹਨਤ ਨੂੰ ਪਾਣੀ ਫੇਰ ਸਕਦਾ ਸੋ ਇਸੇ ਕਰਕੇ ਬਹੁਤ ਜ਼ਰੂਰੀ ਹੈ ਤੁਸੀਂ ਕਿਸੇ ਵੀ ਪ੍ਰੋਫੈਸ਼ਨਲ ਕੋਲ ਜਾ ਕੇ ਉਹਦੇ ਤੋਂ ਤੁਸੀਂ ਆਪਣੀ ਪ੍ਰੋਫਾਈਲ ਚੈੱਕ ਕਰੋ ਖਾਸ ਕਰ ਜਦੋਂ ਕਾਗਜ਼ ਲਾਣੇ ਆ ਤੁਸੀਂ ਦੇਖੋ ਕੀ ਕਰਨਾ ਹੈ ਮਤਲਬ ਐਦਾਂ ਹੀ ਨਾ ਕਾਗਜ਼ ਆਪਣੇ ਲਾ ਦੇਉ ਤਾਂ ਇਹ ਮੌਕਾ ਸ਼ਾਇਦ ਨਾ ਦੁਬਾਰਾ ਮਿਲੇ ਸੋ ਇਸ ਕਾਈਂਡ ਆਫ ਇੱਕ ਵਾਰੀ ਤੁਹਾਨੂੰ ਸ਼ਾਰਟ ਮਿਲਿਆ ਇਹ ਤੈਨੂੰ ਪ੍ਰੋਪਰਲੀ ਫਾਈਲ ਕਰੋ ਫਾਈਲ ਆਪਣੀ ਅਪਲੀਕੇਸ਼ਨ ਆਈ نو ਇੱਕ ਮੈਂ ਤਾਂ ਸੱਚੀ ਬੜਾ ਹੈਰਾਨ ਸੀ ਜਦ ਜਦ ਮੈਂ ਪਹਿਲਾਂ ਉੱਤੇ ਪੜਿਆ ਕਿ 75 ਦਾ ਸਕੋਰ ਆ ਮੈਂ ਸੋਚਿਆ ਕਿ ਤੇ ਬੀਸੀਪੀ ਐਨਪੀ ਦਾ ਹੋਣਾ ਕੁਝ 100 ਦੇ ਨੇੜੇ ਤੇੜੇ ਹੁੰਦਾ ਚਲ 20 25 ਹੀ ਠਾਗੇ ਹੋਣੇ ਹਾਂਜੀ ਹਾਂਜੀ ਪਰ ਜਦੋਂ ਆਹ ਫੈਡਰਲ ਦੀ ਗੱਲ ਸੁਣੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਆ ਉਹਦਾ 450 ਤੋਂ ਕਈ ਵਾਰੀ ਉੱਪਰ ਹੀ ਤੁਰਿਆ ਫਿਰਦਾ ਹੁੰਦਾ ਕੰਮ ਸੋ ਇੰਨਾ ਠੇਠਾ ਆਉ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚੋਂ ਵੀ ਬਹੁਤ ਸਾਰੀਆਂ ਤਾਰਾਂ ਖੜਕੀਆਂ ਹਾਂ ਹਾਂ ਅੱਛਾ ਤੁਹਾਡਾ ਤਾਂ ਕੰਮ ਹੋ ਰਿਹਾ ਪਰ ਬੜੇ ਫੋਨ ਆਏ ਸਾਨੂੰ ਆਇਆ ਜੀ ਬਹੁਤ ਬਹੁਤ ਆਇਆ ਜੀ ਹਾਂਜੀ ਜਿਵੇਂ ਅਸੀਂ ਵਾਰੀ ਵਾਰੀ ਕਹਿ ਰਹੇ ਹਾਂ ਉਹ ਮੀਨ ਸਵਾਰ ਕੀ ਹੁੰਦਾ ਜੀ ਇਹਨਾਂ ਦਾ ਬਈ ਸਾਡੇ ਵਾਸਤੇ ਕੀ ਇਹਦੇ ਚ ਹਾਂ ਉਹਨਾਂ ਵਾਸਤੇ ਉਹਨਾਂ ਨੇ ਇੱਥੇ ਆਉਣਾ ਪਹਿਲਾਂ ਕੰਮ ਕਰਨਾ ਫਿਰ ਐਲੀਜੀਬਲ ਇਸ ਪ੍ਰੋਫਾਈਲ 'ਚ ਹੋ ਜਾਣਗੇ ਪਰ ਜਿਵੇਂ ਮੈਂ ਪਹਿਲਾਂ ਕਹਿ ਕਿਹਾਟਿਆਂ ਜੇ ਇਹਨਾਂ ਨੇ 27 ਹਜ਼ਾਰ ਲੋਕ ਬਾਹਰ ਕੱਢ ਲਏ ਨੇ ਪੂਲ ਦੇ ਵਿੱਚੋਂ ਮੇਬੀ ਓਵਰ ਆਲ ਡਰਾ ਵੀ ਥੱਲੇ ਆ ਸਕਦਾ ਹੈਗਾ ਅੱਛਾ ਕਿੰਨਾ ਕੁ ਥੱਲੇ ਆਉਦੋਂ ਹੁਣ ਆਲਵ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸੀ ਜਿਵੇਂ ਤੁਸੀਂ ਸਟੱਡੀ ਕਰਨ ਆਨੇ ਹੋ ਤੁਹਾਡੇ ਸਪਾਊਸ ਨੂੰ ਉੱਪਰ ਮਿਲ ਸਕਦਾ ਤੁਸੀਂ ਵਰਕ ਪਰਮਿਟ ਤੇ ਆਨੇ ਹੋ ਤੁਹਾਡੇ ਸਪਾਊਸ ਨੂੰ ਓਪਨ ਵਰ ਪਰਮਿਟ ਮਿਲਦਾ ਪਰ ਉਹ ਜਦੋਂ ਸਪਾਊਸ ਓਪਨ ਵਰ ਪਰਮਿਟ ਤੇ ਆਂਦਾ ਉਹ ਆ ਕੇ ਬੀ ਕੈਟਾਗਰੀ ਦਾ ਕੰਮ ਨਹੀਂ ਲੱਭਦਾ ਉਹਨੂੰ ਜਿਹੜਾ ਸੌਖਾ ਮਿਲਦਾ ਉਹ ਕੰਮ ਲਾ ਲੈਂਦਾ ਸੋ ਅਸੀਂ ਸਭ ਨੂੰ ਰਿਕਵੈਸਟ ਇਹੀ ਕਰਦੇ ਹਾਂ ਕਿ ਵੀ ਤੁਸੀਂ 20 ਕੈਟਾਗਰੀ ਦਾ ਕੰਮ ਸ਼ੁਰੂ ਕਰੋ ਤਾਂ ਕਿ ਆਪਣਾ ਸਾਲ ਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਬਣ ਜੇ ਤਾਂ ਕਿ ਜੇ ਮੁੰਡੇ ਜਾਂ ਕੁੜੀ ਦੀ ਸਟੱਡੀ ਜਦ ਨੂੰ ਖਤਮ ਹੁੰਦੀ ਹੈ ਤਾਂ ਦੂਜਾ ਬੰਦਾ ਆਲਰੇਡੀ ਕੁਆਲੀਫਾਈ ਹੁੰਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹਾਂਜੀ ਉਹ ਮੌਕਾ ਉਹ ਕਲਾਸ ਉਹਦੇ ਬੈਂਡ ਵੀ ਜਿਹੜੇ ਆਪਾਂ ਨੂੰ ਪਾਣ ਹੀ ਚਾਹੀਦੇ ਜਿਹੜੇ ਤਕਰੀਬਨ ਆਪਣੇ ਸਾਰੇ ਆਹ ਤਾਂ ਤੁਸੀਂ ਬੜੀਆਂ ਟਕਾਣੇ ਦੀਆਂ ਗੱਲਾਂ ਕਰੀਆਂ ਇੱਕ ਤਾਂ ਕਿ ਭਾਈ 75 ਸਕੋਰ ਹਾਂਜੀ ਮੈਨੂੰ ਲੱਗਦਾ ਕਿ ਹਰ ਇੱਕ ਦਰਸ਼ਕ ਨੂੰ ਚੀਜ਼ ਪਸੰਦ ਆਉਣੀ ਹੈ ਇੱਕ ਆ ਪੰਜ ਵਾਲਾ ਕੰਮ ਹਾਂਜੀ ਇਹ ਤਾਂ ਪੰਜਾਂ ਦੇ ਸੋਣੀਆਂ ਪੰਜ ਹੀ ਕਿਹੋ ਜਿਹੇ ਮੈਨੂੰ ਲੱਗਦਾ ਬਿਲਕੁਲ ਜੀ ਸੋ ਅੱਛਾ ਹੁਣ ਮੈਂ ਵੇਖ ਰਿਹਾ ਕਿ ਟਾਈਮ ਲਗਭਗ ਆਪਣਾ ਆਖਰੀ ਪੜਾਵਲ ਨੂੰ ਵੱਧ ਰਿਹਾ ਹੈ ਦਰਸ਼ਕਾਂ ਨੇ ਜੇਕਰ ਤੁਹਾਡੇ ਨਾਲ ਸੰਪਰਕ ਕਰਨਾ ਹੋਵੇ ਸਭ ਤੋਂ ਵਧੀਆ ਸਾਧਨ ਕਿਹੜਾ ਹੈ ਤੇ ਕਿਹੜੇ ਸਮੇਂ 'ਚ ਕੀਤਾ ਜਾ ਸਕਦਾ ਆ ਸਭ ਤੋਂ ਸੌਖਾ ਫੋਨ ਤੇ ਕੰਟੈਕਟ ਕਰਨਾ ਹੁੰਦਾ ਹੈ ਮੇਰਾ ਸੈੱਲ ਫੋਨ ਨੰਬਰ 6048054606 WhatsApp ਵੀ ਇਸ ਨੰਬਰ ਤੇ ਚੱਲਦਾ ਮੇਕਮ ਤੁਸੀਂ ਦੱਸੋ ਮੇਰਾ ਨਾਮ ਵਿਕਰਮ ਵੀਰ ਨੰਬਰ ਹੈ 7788291539 ਤੁਸੀਂ ਮੈਨੂੰ ਵੀ ਵਟਸਐਪ ਕਰ ਸਕਦੇ ਹੋ ਕੈਨੇਡਾ ਟਾਈਮ ਦੇ ਮਾਰਨਿੰਗ ਈਵਨਿੰਗ ਤੁਸੀਂ ਕਰ ਸਕਦੇ ਹੋ ਸਾਡਾ ਸਿੰਪਲ ਸਾਨੂੰ ਮੈਸੇਜ ਕਰ ਲਓ ਜੇ ਕੋਈ ਅਵੇਲੇਬਿਲਟੀ ਹੁੰਦੀ ਹੈ ਤੁਹਾਨੂੰ ਅਸੀਂ ਰਿਸਪੌਂਡ ਬੈਕ ਕਰ ਲਾ ਪਸ ਮੈਂ ਐਂਡ ਜਿਸ ਸਾਰਿਕ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਣੀ ਪ੍ਰੋਫਾਈਲ ਜ਼ਰੂਰ ਬਣਾਓ ਜੇ ਤੁਸੀਂ ਕੁਆਲੀਫਾਈ ਹੁੰਦੇ ਹੋ ਕੋਈ ਦੋਨਾਂ ਚੋ ਜੇ ਹਸਬੰਡ ਵਾਈਫ ਇਥੇ ਹੋ ਦੋਨਾਂ ਚੋ ਇੱਕ ਬੰਦਾ ਜ਼ਰੂਰ 20 ਕੈਟਾਗਰੀ ਜੌਬ ਕਰੇ ਤੇ ਜਿਨ੍ਹਾਂ ਦਾ ਨੰਬਰ ਨਹੀਂ ਆਇਆ ਉਹ ਨਿਰਾਸ਼ ਨਾ ਹੋਣ ਕਿਉਂਕਿ ਜੋ ਟ੍ਰੈਂਡ ਲੱਗਦਾ ਪਿਆ ਆਉਣ ਵਾਲੇ ਸਮੇਂ 'ਚ ਘਟਦਾ ਹੀ ਰਹੂਗਾ ਬਟ ਆਪਾਂ ਨੂੰ ਫਾਇਦਾ ਤਾਂ ਹੀ ਹੋਊਗਾ ਜੇ ਆਪਾਂ ਸਟੈਪ ਤਾਂ ਲੈਣਾ ਪਊਗਾ ਨਾ ਸਟੈਪ ਤਾਂ ਲੈਣਾ ਪਊਗਾ ਮੈਨੂੰ ਯਾਦ ਆਦਾ ਮੈਂ ਜਦੋਂ ਕਾਲਜ ਜਾਂਦਾ ਹੁੰਦਾ ਸੀ ਬੱਸ ਦੇ ਚੜਨਾ ਉਹਦੇ ਤੇ ਇੱਕ ਚੀਜ਼ ਲਿਖੀ ਹੁੰਦੀ ਸੀ ਮੈਨੂੰ ਮੜੀ ਚੇਤਾ ਹੀ ਰਹਿੰਦੀ ਆ ਉੱਤੇ ਲਿਖਿਆ ਸੀ ਕਦਮ ਪੁੱਟਣ ਵਾਲੇ ਮੰਜ਼ਲਾਂ ਪਾ ਲੈਂਦੇ ਨੇ ਜੀ ਦਲੀਲਾਂ ਵਾਲੇ ਫਾੜ ਹੀ ਰਹਿ ਜਾਂਦੇ ਨੇ ਦਲੀਲਾਂ ਨਾ ਕਰੀ ਜਾਇਓ ਬਿਲਕੁਲ ਫੋਨ ਚੁੱਕ ਕੇ ਸਲਾਹ ਲੈ ਲਿਓ ਅੱਗੇ ਤੁਹਾਡੇ ਕਹਿੰਦੇ ਅੱਗੇ ਤੇਰੇ ਭਾਗ ਲੱਛੀਏ ਸੋ ਹੁਣ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਜਿਸ ਤਨਾ ਵਿਕਰਮ ਹੁਰੀ ਦਾਸ ਰਹਿ ਸੀ ਕਿ ਸ਼ਾਇਦ ਪੀ ਐਨ ਪੀ ਜਿਹੜੇ ਪ੍ਰੋਵਿੰਸ਼ਲ ਨੋਮਿਨੀ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸਕੋਰ ਘਟਣਾ ਹਾਂਜੀ ਡਿਸੀਜਨ ਕਿੰਨਾ ਕੁ ਸੁਖਾਲਾ ਹੈ ਜਾਂ ਕਿੰਨਾ ਔਖਾ ਕੀ ਹੁੰਦਾ ਯਾਰ ਆ ਫਾਈਲ ਲੱਗੀ ਹੁਣ ਤਾਂ 4 ਮਹੀਨੇ ਹੋ ਗਏ ਕਾਹਦੀ ਆਪਾਂ ਵਿਡਰਾਅ ਕਰਨੀ ਹੈ ਕੀ ਸੁਜੈਸਟ ਕਰੋਗੇ ਉਹਨਾਂ ਨੂੰ ਦੇਖੋ ਜੇ ਤੁਹਾਡਾ ਇਨਵੀਟੇਸ਼ਨ ਐਕਸਪ੍ਰੈਸੈਂਟਰੀ ਚ ਆ ਚੁੱਕਿਆ 75 ਵਾਲੇ ਡਰਾਅ ਦੇ ਵਿੱਚ ਡੈਫੀਨਟਲੀ ਤੁਹਾਨੂੰ ਪੀਐਨਪੀ ਆਪਣੀ ਕਰਨੀ ਚਾਹੀਦੀ ਹੈਗੀ ਠੀਕ ਹੈ ਬਟ ਇੱਕ ਕੇਸ ਟੂ ਕੇਸ ਡਿਪੈਂਡ ਕਰਦਾ ਹੈਗਾ ਮੈਂ ਤੁਹਾਨੂੰ ਓਵਰਆਲ ਥਿਸ ਇਜ਼ਨ ਨਹੀਂ ਦੱਸ ਸਕਦਾ ਵੀ ਇਦਾਂ ਕਰਨਾ ਚਾਹੀਦਾ ਹੈਗਾ ਬਟ ਇਟ ਮੇਕਸ ਮੋਰ ਸੈਂਸ ਵੀ ਜੇ ਤੁਹਾਡੇ ਇੱਕ ਵਾਸੇ ਡਰਾਅ ਲੱਗ ਗਿਆ ਤੁਹਾਡਾ ਤਾਂ ਪੀਐਨਪੀ ਵਿਡਰੋ ਹੋਣੀ ਹੋਣੀ ਹੈਗੀ ਉਹ ਆਪ ਕਹਿ ਰਹੇ ਨੇ ਵੀ ਲੈ ਲ ਪਰਸੀਡ ਕਰੋ ਕੇ ਜਾ ਕੇ ਜੀ ਤੁਸੀਂ ਅਖੀਰ ਚ ਕੋਈ ਸਲਾਹ ਮਸ਼ਵਰਾ ਕਰਨਾ ਦੇਣਾ ਚਾਹੁੰਦੇ ਹੋ ਬਾਸ ਜੀ ਤੁਸੀਂ ਸਾਨੂੰ ਆ ਕੇ ਮਿਲ ਸਕਦੇ ਹੋ ਜੀ ਟਿਮ ਇਮੀਗ੍ਰੇਸ਼ਨ ਸਾਡਾ ਸਰੀ ਆਫਿਸਰ ਯੂਨਿਟ 1118056 ਕਿੰਗ ਜਾਰਜ ਬੁਲੇਵਾਰਡ ਸਾਨੂੰ ਕਿਸੇ ਵੀ ਟਾਈਪ ਦੇ ਇਮੀਗ੍ਰੇਸ਼ਨ ਦੇ ਕੰਸਰਨਸ ਵਾਸਤੇ ਤੁਸੀਂ ਮੈਨੂੰ ਜਾਂ ਮੇਰੇ 파ਟਰਨ ਕੋਰਪਰੇਸ਼ਨ ਨੂੰ ਸਾਨੂੰ ਕਾਲ ਕਰ ਸਕਦੇ ਹੋ ਜਾਂ ਸਾਡੇ ਆਫਿਸ ਤੇ ਸਾਡੇ ਮੈਨੇਜਰ ਹਰਜੋਤ ਨੂੰ ਆ ਕੇ ਮਿਲ ਸਕਦੇ ਹੋ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਪ੍ਰੋਫਾਈਲ ਜ਼ਰੂਰ ਬਣਾਓ بار بار ਮੈਂ ਇਹ ਕਹਿਣਾ ਚਾਹੁੰਦਾ ਤੇ ਤੁਸੀਂ ਫੋਨ ਸਾਨੂੰ ਕਰ ਲਓ ਜੇ ਤੁਸੀਂ ਆਪ ਵੀ ਪ੍ਰੋਫਾਈਲ ਬਣਾ ਲਿਆ ਤੇ ਤੁਹਾਨੂੰ ਕੋਈ ਕੁਐਸਚਨਸ ਹੈ ਯੂ ਆਰ ਮੋਸ ਅੰ ਦੋਵੇਂ ਵੀਰਾਂ ਦਾ तहे ਦਿਲੋਂ ਧੰਨਵਾਦ ਫਿਰ ਕਿਸ ਕਿਸ ਦੇ ਸਬੰਧੀ ਗੱਲਬਾਤ ਕਰਾਂਗੇ ਸਸੀ ਗਾ ਜੀ ਦੋਸਤੋ ਇਹ ਸਨ ਜੀਟੀ ਇਮੀਗ੍ਰੇਸ਼ਨ ਤੋਂ ਗੌਰ ਉਪਦੇਸ਼ ਸਿੰਘ ਸੋਹਲ ਅਤੇ ਵਿਕਰਮਜੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਆ 75 ਵਾਲਾ ਕੰਮ ਮਸਾ ਮਸਾ ਆਇਆ ਸੂਤ ਇਹਨੂੰ ਗਵਾਇਓ ਨਾ ਹੋਰ ਜਾਣਕਾਰੀ ਵਾਸਤੇ ਪੁਖਤਾ ਸਲਾਹ ਦੇ ਵਾਸਤੇ ਤੁਸੀਂ ਸਕਰੀਨ ਦੇ ਉੱਤੇ ਨੰਬਰ ਡਿਸਪਲੇ ਕਿਤੇ ਜਾ ਰਹੇ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਹੁਣ ਸਮਾਪਤ ਹੈ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਵੀ ਕਰ ਦਿਓ ਤੇ ਅੱਗੇ ਸ਼ੇਅਰ ਕਰਨ ਦੀ ਵੀ ਕੋਸ਼ਿਸ਼ ਕਰਿਓ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਆਓ ਫਿਰ ਜਾਣ ਤੋਂ ਪਹਿਲਾਂ ਕਹੀਏ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬਹਿਨੀਪਾਲੂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਖਾ